ਕੈਨੇਡੀਨ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਜਦੋਂ ਜ਼ਮਾਨਤ ਤੇ ਰਿਹਾ ਭਾਰਤੀ ਮੂਲ ਦਾ ਸ਼ੱਕੀ ਅਦਾਲਤ ਵਿੱਚ ਪੇਸ਼ ਨਾ ਹੋਇਆ ਅਤੇ ਪੁਲਿਸ ਨੂੰ ਮੁੜ ਗ੍ਰਿਫਤਾਰੀ ਵਾਰੰਟ ਜਾਰੀ ਕਰਨੇ ਪਏ ਦੂਜੇ ਪਾਸੇ ਮਾਮਲੇ ਦੇ ਇੱਕ ਹੋਰ ਸ਼ੱਕੀ ਸਿਮਰਪ੍ਰੀਤ ਸਿੰਘ ਪਨੇਸਰ ਵੱਲੋਂ ਆਤਮ ਸਮਰਪਣ ਨਹੀਂ ਕੀਤਾ ਗਿਆ ਜਿਸ ਦੇ ਵਕੀਲ ਵੱਲੋਂ ਆਪਣੇ ਮੁਵਕਲ ਦੇ ਪੁਲਿਸ ਅੱਗੇ ਪੇਸ਼ ਹੋਣ ਦਾ ਯਕੀਨ ਦਿਵਾਇਆ ਗਿਆ ਸੀ 35 ਸਾਲ ਦੇ ਪ੍ਰਸਾਦ ਪਰਮਾ ਲੰਗਮ ਵਿਰੁੱਧ ਲੁੱਟ ਦੀ ਵਾਰਦਾਤ ਵਿੱਚ ਸਹਾਇਕ ਹੋਣ ਦੇ ਦੋਸ਼ ਲੱਗੇ ਨੇ ਪੁਲਿਸ ਮੁਤਾਬਕ ਪਰਮਲੰਗਮ ਨੇ ਦੁਰਾਂਤੇ ਕਿੰਗ ਮੈਕਲਨ ਦੀ ਮਦਦ ਕੀਤੀ ਜੋ ਸਫੇਦ ਰੰਗ ਦੇ ਟਰੱਕ ਵਿੱਚ 1.2 ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੈ ਕੇ ਫਰਾਰ ਹੋ ਗਿਆ ਇਹ ਸੋਨਾ ਅਪ੍ਰੈਲ 2023 ਵਿੱਚ 에ਅਰ ਕੈਨੇਡਾ ਦੀ ਕਾਰਗੋ ਫੈਸਿਲਿਟੀ ਤੋਂ ਲੁੱਟਿਆ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਟ੍ਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਲੁੱਟੇ 400 ਕਿਲੋ ਸੋਨੇ ਨਾਲ ਸੰਬੰਧਿਤ ਇੱਕ ਮੁਕੱਦਮਾ ਅਮਰੀਕਾ ਵਿੱਚ ਚੱਲ ਰਿਹਾ ਹੈ ਅਤੇ ਪੈਂਸਿਲਵੇਨੀਆ ਸਟੇਟ ਪੁਲਿਸ ਅਰਚਿਤ ਗਰੋਵਰ ਦੇ ਪ੍ਰਸਾਦ ਪਲਮਾ ਲੰਗਮ ਦੀ ਹਿਰਾਸਤ ਚਾਹੁੰਦੀ ਹੈ ਜੋ ਇਸ ਵੇਲੇ ਕੈਨੇਡਾ ਵਿੱਚ ਮੌਜੂਦ ਹੈ ਦੱਸਿਆ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਇੱਕ ਹੋਰ ਕੈਨੇਡੀਅਨ ਪਹਿਲਾਂ ਹੀ ਪੈਂਸਿਲ ਵੇਨੀਆ ਪੁਲਿਸ ਦੀ ਹਿਰਾਸਤ ਵਿੱਚ ਹੈ ਦੂਜੇ ਪਾਸੇ ਪੀਲ ਰੀਜਨਲ ਪੁਲਿਸ ਅਮਰੀਕਾ ਵਿੱਚ ਗ੍ਰਿਫਤਾਰੀ ਕਿੰਗ ਮੈਕਲੇਨ ਦੀ ਹਵਾਲਗੀ ਚਾਹੁੰਦੀ ਹੈ ਜੋ ਸੰਭਾਵਿਤ ਤੌਰ ਤੇ ਲੁੱਟ ਦੌਰਾਨ ਸਫੇਦ ਟਰੱਕ ਚਲਾ ਰਿਹਾ ਸੀ ਪੈਨਸਲ ਬੈਂਦੀਆ ਪੁਲਿਸ ਦਾ ਦੋਸ਼ ਹੈ ਕਿ ਪਰਮਨ ਲੰਗਮ ਨੇ ਕਿੰਗ ਮੈਕਲਿਨ ਨੂੰ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਿੱਚ ਮਦਦ ਕੀਤੀ ਅਤੇ ਇਸ ਦੇ ਨਾਲ ਹੀ ਹਥਿਆਰਾਂ ਦੀ ਤਸਕਰੀਬ ਵਿੱਚ ਵੀ ਸ਼ਾਮਲ ਰਿਹਾ ਇੱਕ ਰਿਪੋਰਟ ਮੁਤਾਬਕ ਪਰਮਨ ਲੰਗਮ ਦੇ ਇੱਕ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਕਈ ਮਹੀਨੇ ਮਗਰੋਂ ਉਸਨੇ ਪਰਮਨ ਲੰਗਮ ਨੂੰ ਨਹੀਂ ਦੇਖਿਆ ਇਸੇ ਦੌਰਾਨ ਸਿਮਰ ਪ੍ਰੀਤ ਸਿੰਘ ਪਨੇਸਰ ਦਾ ਵੀ ਕੋਈ ਆਤਾ ਪਤਾ ਨਹੀਂ ਸਿਮਰ ਪ੍ਰੀਤ ਸਿੰਘ ਦੇ ਵਕੀਲ ਨੇ ਬੀਤੇ ਜੂਨ ਮਹੀਨੇ ਦੌਰਾਨ ਕਿਹਾ ਸੀ ਕਿ ਉਸ ਦਾ ਮੁਵਕਲ ਅਗਲੇ ਕੁਝ ਹਫ਼ਤਿਆਂ ਦੌਰਾਨ ਕੈਨੇਡਾ ਪਰਤ ਆਵੇਗਾ ਬੰਦਿਆਂ ਜਾ ਰਿਹਾ ਹੈ ਕਿ ਸਿਮਰ ਪ੍ਰੀਤ ਸਿੰਘ ਇਸ ਵੇਲੇ ਆਪਣੀ ਪਤਨੀ ਪ੍ਰੀਤੀ ਪਨੇਸਰ ਨਾਲ ਭਾਰਤ ਵਿੱਚ ਹੈ ਸਵਾ 2 ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੁੱਟਣ ਦੇ ਮਾਮਲੇ ਵਿੱਚ ਪ੍ਰੀਤੀ ਪਨੇਸਰ ਦੀ ਕੋਈ ਸ਼ਮੂਲੀਅਤ ਨਹੀਂ ਮੰਨੀ ਜਾ ਰਹੀ ਸਾਬਕਾ ਮਿਸ ਯੂਗਾਂਡਾ ਪ੍ਰੀਤੀ ਪਨੇਸਰ ਅਧਿਕਾਰੀ ਦੇ ਨਾਲ-ਨਾਲ ਗਾਇਕੀ ਦਾ ਵੀ ਸ਼ੌਂਕ ਰੱਖਦੀ ਹੈ ਪੀਅਰਸ ਆਰ ਇੰਟਰਨੈਸ਼ਨਲ 에어ਪੋਰਟ ਤੋਂ ਸੋਨਾ ਲੁੱਟਣ ਦੀ ਵਾਰਦਾਤ ਤੋਂ ਪਹਿਲਾਂ ਪ੍ਰੀਤੀ ਪਨੇਸਰ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਵਿੱਚ ਵੀ ਕਦਮ ਰੱਖਣ ਦੇ ਜਾਂ ਤੰ ਕਰ ਰਹੀ ਸੀ ਪਬਲਿਕ ਰਿਕਾਰਡ ਮੁਤਾਬਕ ਪ੍ਰੀਤੀ ਪਨੇਸਰ ਬ੍ਰੈਂਪਟਨ ਵਿਖੇ ਰਹਿੰਦਾ ਸੀ ਅਤੇ ਬੀਤੇ ਅਪ੍ਰੈਲ ਮਹੀਨੇ ਦੌਰਾਨ ਗਵਾਂਡੀਆਂ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਸਨੇ ਪਰਿਵਾਰ ਨੂੰ ਕਈ ਮਹੀਨੇ ਤੋਂ ਨਹੀਂ ਦੇਖਿਆ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੀ ਵਾਰਦਾਤ ਬਾਰੇ ਮੋਡਲੀ ਪੜਤਾਲ ਦੌਰਾਨ ਹੀ ਪਨੇਸਰ ਨੇ ਜਾਂਚ ਕਰਤਾਵਾਂ ਨੂੰ ਹਵਾਈ ਅੱਡੇ ਦੇ ਵੇਅਰ ਹਾਊਸ ਵਾਲੇ ਇਲਾਕੇ ਗੇੜਾ ਲਗੂਆ ਸੀ ਉਸ ਵੇਲੇ ਉਹ ਘੁਬਰਾਟ ਵਿੱਚ ਨਜ਼ਰ ਆਇਆ ਸੀ ਅਤੇ ਕੁਝ ਦਿਨ ਬਾਅਦ ਗਾਇਬ ਹੋ ਗਿਆ 400 ਕਿਲੋ ਸੋਨੇ ਵਿੱਚ ਪੁਲਿਸ ਹੁਣ ਤੱਕ ਕੁਝ ਬ੍ਰੈਸਲੇਟ ਹੀ ਬਰਾਮਦ ਕਰ ਸਕੀ ਹੈ ਜੋ ਇੱਕ ਸੁਨਿਆਰ ਦੀ ਦੁਕਾਨ ਤੇ ਤਿਆਰ ਕੀਤੇ ਗਏ ਸੀ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦਾ ਛੁਰੇ ਮਾਰ ਕੇ ਕਤਲ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਮਾਨਸਾ ਜ਼ਿਲ੍ਹੇ ਦੇ ਜੋਈਆਂ ਨਾਲ ਸੰਬੰਧਿਤ 21 ਸਾਲ ਦੇ ਜਸਕਰਨ ਉਤੇ ਬੀਸੀ ਦੇ ਸਰੀਕ ਸ਼ਹਿਰ ਵਿਕੇ ਹਮਲਾ ਕੀਤਾ ਗਿਆ ਜਦੋਂ ਉਹ ਕੰਮ ਤੋਂ ਘਰ ਜਾ ਰਿਹਾ ਸੀ ਜਸਕਰਨ ਸਿੰਘ ਆਪਣੇ ਅਤੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਦਸੰਬਰ 2022 ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਆਇਆ ਅਤੇ ਪੜ੍ਹਾਈ ਦੇ ਨਾਲ-ਨਾਲ ਅਣਥੱਕ ਮਿਹਨਤ ਵੀ ਕਰਨ ਲੱਗਾ ਸੀ ਆਪਣੇ ਪੜ੍ਹਾਈ ਦਾ ਖਰਚਾ ਕੱਢਣ ਤੋਂ ਇਲਾਵਾ ਉਹ ਪੰਜਾਬ ਰਹਿਣ ਦੇ ਪਰਿਵਾਰ ਵਾਸਤੇ ਵੀ ਕੁਝ ਨਾ ਕੁਝ ਜ਼ਰੂਰ ਭੇਜਦਾ ਜਿਨ੍ਹਾਂ ਨੇ ਕਰਜ਼ਾ ਲੈ ਕੇ ਉਸ ਨੂੰ ਕੈਨੇਡਾ ਆਉਣ ਦਾ ਪ੍ਰਬੰਧ ਕੀਤਾ ਸੀ ਅਮਨਪ੍ਰੀਤ ਗਿੱਲ ਵੱਜੋਂ ਜਸਕਰਨ ਦੀ ਦੇਹ ਪੰਜਾਬ ਭੇਜਣਾ ਤੇ ਉਸਦੇ ਪਰਿਵਾਰ ਦੀ ਆਰਥਿਕ ਮਦਦ ਵਾਸਤੇ ਗੋਫੰਡਮੀ ਪੇਜ ਸਥਾਪਿਤ ਕੀਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਛੋਰੇਬਾਜ਼ੀ ਦੀ ਬਾਰਦਾਤ 17 ਨਵੰਬਰ ਨੂੰ ਰਾਤ ਤਕਰੀਬਨ 10 ਵਜੇ ਵਾਪਰੀ ਅਤੇ ਪੁਲਿਸ ਵੱਲੋਂ ਮਰਨ ਵਾਲੇ ਦੀ ਪਛਾਣ ਜਨ ਤੱਕ ਨਹੀਂ ਕੀਤੀ ਗਈ। ਪੁਲਿਸ ਵੱਲੋਂ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਜਸਕਰਨ ਸਿੰਘ ਦੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਦੀ ਮਗਰੋਂ ਖਬਰ ਪਿੰਡ ਜੋਈਆ ਪੁੱਜੀ ਤਾਂ ਉਸਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਜਸਕਰਨ ਸਿੰਘ ਦੇ ਮਾਪੇ ਆਪਣੀ ਪੁੱਤ ਦਾ ਚਿਹਰਾ ਆਖਰੀ ਵਾਰ ਵੇਖਣਾ ਚਾਹੁੰਦੇ ਨੇ ਜਿਸ ਦੇ ਮੱਦੇਨਜ਼ਰ ਉਸ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ। ਬ੍ਰੈਪਟਨ ਵਿਖੇ ਧਾਰਮਿਕ ਥਾਵਾਂ ਨੇੜੇ ਰੋਸ ਵਿਖਾਵੇ ਕਰਨ ਤੇ ਪਾਬੰਦੀ ਲਾਉਂਦਾ ਉਪ ਕਾਨੂੰਨ ਲਾਗੂ ਹੋ ਗਿਆ ਪਰ ਇਸ ਬਾਈ ਲਾਅ ਵਿੱਚ ਚੋਰੀ ਮੋਰੀ ਵੀ ਦੱਸੀ ਜਾ ਰਹੀ ਹੈ ਇੱਕ ਰਿਪੋਰਟ ਮੁਤਾਬਕ ਸ਼ਹਿਰ ਵਿੱਚ ਮੌਜੂਦ ਕਈ ਧਾਰਮਿਕ ਥਾਵਾਂ ਦੇ ਨਾਲ-ਨਾਲ ਬੈਂਕਵੈਟ ਹਾਲ ਵੀ ਬੜੇ ਹੋਏ ਨੇ ਅਤੇ ਅਜੇ ਹੀ ਕੋਈ ਜਗ੍ਹਾ ਕਿਰਾਏ ਤੇ ਦਿੱਤੀ ਜਾਂਦੀ ਹੈ ਜਿਸ ਨੇੜੇ ਸ਼ਾਂਤਮਈ ਰੋਸ ਵਿਖਾਵਾ ਕਰਨ ਦਾ ਲੋਕਾਂ ਨੂੰ ਹੱਕ ਹੋਵੇਗਾ ਮੇਅਰ ਪੈਟਰਿਕ ਬ੍ਰਾਊਨ ਵੱਲੋਂ ਵੀ ਇਸ ਗੱਲ ਦੀ ਤਸਦੀਕ ਕਰ ਦਿੱਤੀ ਗਈ ਹੈ ਕਿ ਤੀਜੀ ਧਿਰ ਨੂੰ ਕਿਰਾਏ ਤੇ ਦਿੱਤੀ ਥਾਂ ਨਵੇਂ ਬਾਈਲਾ ਦੇ ਘੇਰ ਵਿੱਚ ਨਹੀਂ ਆਉਂਦੀ ਦੂਜੇ ਪਾਸੇ ਨਵਾਂ ਬਾਈਲਾ ਤੋੜਨ ਵਾਲਿਆਂ ਨੂੰ 500 ਡਾਲਰ ਤੋਂ 1 ਲੱਖ ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਪਰ ਬ੍ਰੈਂਪਟਨ ਅਤੇ ਮਿਸਿਸਾਗਾ ਦੇ ਬਜਾਏ ਹੁਣ ਓਕਵਿਲ ਅਤੇ ਸਕਾਰਬਰੋ ਇਲਾਕੇ ਵਿੱਚ ਰੂਸ ਵਿਖਾਵਾ ਦਾ ਐਲਾਨ ਕਰ ਦਿੱਤਾ ਗਿਆ ਸੂਤਰਾਂ ਨੇ ਦੱਸਿਆ ਕਿ ਓਕਵਿਲ ਦੇ ਵੈਸ਼ਨੋ ਮੰਦਿਰ ਦੇ ਬਾਹਰ 23 ਨਵੰਬਰ ਨੂੰ ਮੁਜ਼ਾਰਾ ਹੋ ਸਕਦਾ ਹੈ ਜਦਕਿ ਸਕਾਰਬਰੋ ਦੇ ਲਕਸ਼ਮੀ ਨਾਰਾਇਣ ਮੰਦਿਰ ਦੇ ਬਾਹਰ 30 ਨਵੰਬਰ ਨੂੰ ਮੁਜ਼ਾਰਾ ਕਿਤੇ ਜਾਣ ਦੀ ਯੋਜਨਾ ਬਾਰੇ ਪਤਾ ਲੱਗਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਨਵੰਬਰ ਦੇ ਸ਼ੁਰੂ ਵਿੱਚ ਵਾਪਰੇ ਘਟਨਾਕਰਮ ਦੌਰਾਨ ਜਿੱਥੇ ਕਈ ਜਾਣੇ ਵਿਰੁੱਧ ਦੋਸ਼ ਆਇਦ ਕੀਤੇ ਗਏ ਉੱਥੇ ਹੀ ਪੀਲ origignal ਪੁਲਿਸ ਭਾਰੀ ਪਰਕਮ ਖਰਚਾ ਵੀ ਬਰਦਾਸ਼ਤ ਕਰਨਾ ਪਿਆ ਧਾਰਮਿਕ ਥਾਵਾਂ ਨੂੰ ਸੁਰੱਖਿਆ ਮਹੱਇਆ ਕਰਵਾਉਣ ਤੇ ਹੁਣ ਤੱਕ 4 ਲੱਖ ਡਾਲਰ ਦਾ ਖਰਚਾ ਦੱਸਿਆ ਜਾ ਰਿਹਾ ਹੈ ਇਸੇ ਦੌਰਾਨ ਕਾਉਂਸਲਰ ਗੁਰਪ੍ਰਤਾਪ ਸਿੰਘ ਤੂਰ ਨੇ ਕਿਹਾ ਕਿ ਭਾਵੇਂ ਮਾਮਲਾ ਠੰਡਾ ਮਹਿਸੂਸ ਹੁੰਦਾ ਹੋ ਰਿਹਾ ਪਰ ਹੋਰ ਕਈ ਰੋਸ ਵਿਖਾਵੇ ਹੋਣ ਦੇ ਅਸਾਰ ਨਹੀਂ ਪਰ ਮੁਕੰਮਲ ਤੌਰ ਤੇ ਚਿੰਤਾ ਮੁਕਤ ਹੋਣਾ ਸੰਭਵ ਨਹੀਂ ਕੈਨੇਡਾ ਪੋਸਟ ਦੇ ਕਰੀਬ 55000 ਸ਼ਹਿਰੀ ਪਿੰਡੂ ਅਤੇ ਉਪਨਗਰੀਆਂ ਡਾਕ ਕਾਮਿਆਂ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਹੜਤਾਲ ਸ਼ੁਰੂ ਕਰ ਦਿੱਤੀ ਇਹ ਹੜਤਾਲ 1 ਸਾਲ ਤੱਕ ਚੱਲੀਆਂ ਗੱਲਾਂ ਬਾਤਾਂ ਦੇ ਫੈਸਲੇ ਤੋਂ ਬਾਅਦ ਹੋਈ ਹੈ ਜਿੱਥੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਅਤੇ ਕ੍ਰਾਊਨ ਕਾਰਪੋਰੇਸ਼ਨ ਕਿਸੇ ਸਮਝੌਤੇ ਤੇ ਨਾ ਪਹੁੰਚ ਸਕੇ ਹੜਤਾਲ ਦੇ ਇਲਜ਼ਾਮਾਂ ਦੀ ਚਰਚਾ ਕਰਦੇ ਹੋਏ ਸੀਯੂਪੀਡਬਲਿਊ ਕੈਨੇਡਾ ਨੇ ਪੋਸਟ ਤੇ ਦੋਸ਼ ਲਾਇਆ ਕਿ ਇਸ ਨੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਲਾਗੂ ਕਰਨ ਲਈ ਕੋਈ ਗੰਭੀਰ ਕੋਸ਼ਿਸ਼ ਨਹੀਂ ਕੀਤੀ ਯੂਨੀਅਨ ਨੇ ਕਿਹਾ ਕਿ ਕੈਨੇਡਾ ਪੋਸਟ ਇਸ ਹੜਤਾਲ ਨੂੰ ਰੋਕ ਸਕਦੀ ਸੀ ਪਰ ਇਸ ਨੇ ਸਾਡੀਆਂ ਮੰਗਾਂ ਤੇ ਗੰਭੀਰ ਗੱਲਬਾਤ ਕਰਨ ਦੀ ਥਾਂ ਕੰਮ ਕਾਜ ਦੀਆਂ ਸ਼ਰਤਾਂ ਬਦਲਣ ਦੀ ਧਮਕੀ ਦੇ ਦਿੱਤੀ ਇਸ ਨਾਲ ਸਾਡੇ ਮੈਂਬਰਾਂ ਨੂੰ ਨੌਕਰੀ ਤੋਂ ਹਟਾਉਣ ਦਾ ਖਤਰਾ ਬਣ ਗਿਆ ਕੈਨੇਡਾ ਪੋਸਟ ਨੇ ਘੋਸ਼ਣਾ ਕੀਤੀ ਕਿ ਹੜਤਾਲ ਦੇ ਦੌਰਾਨ ਮੇਲ ਅਤੇ ਪਾਰਸਲ ਦੀ ਸੇਵਾ ਮੁਲਤਵੀ ਕਰ ਦਿੱਤੀ ਗਈ ਹੈ ਕਈ ਡਾਕ ਖਾਨੇ ਵੀ ਬੰਦ ਰਹਿਣਗੇ ਸੇਵਾਦਿਆਂ ਪਹਿਲਾਂ ਦੀਆਂ ਗਾਰੰਟੀਆ ਰੱਦ ਕਰ ਦਿੱਤੀਆਂ ਗਈਆਂ ਨੇ ਅਤੇ ਕੋਈ ਵੀ ਨਵੀਆਂ ਚੀਜ਼ਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਇਹ ਹੜਤਾਲ ਕੈਨੇਡੀਅਨਾਂ ਲਈ ਕਾਫੀ ਗੰਭੀਰ ਸਮੇਂ ਤੇ ਆਈ ਹੈ ਜਦੋਂ ਲੋਕ ਛੁੱਟੀਆਂ ਦੀਆਂ ਖਰੀਦਾਰੀਆਂ ਅਤੇ ਕਾਲੇ ਸ਼ੁੱਕਰਵਾਰ ਦੀ ਤਿਆਰੀ ਕਰ ਰਹੇ ਨੇ ਕੈਨੇਡਾ ਪੋਸਟ ਨੇ ਮੰਨਿਆ ਕਿ ਇਸ ਹੜਤਾਲ ਦਾ ਅਸਰ ਘਰੇਲੂ ਅਤੇ ਕਾਰੋਬਾਰੀ ਦੋਵਾਂ ਤੇ ਪਵੇਗਾ ਗੱਲਾਂਬਾਤਾਂ ਜੋ 15 ਨਵੰਬਰ 2023 ਨੂੰ ਸ਼ੁਰੂ ਹੋਈਆਂ ਵਧਣ ਦੀ ਥਾਂ ਥਮ ਗਈਆਂ ਸੀਯੂਪੀਡਬਲਯੂ ਨੇ ਦਲੀਲ ਦਿੱਤੀ ਕਿ ਵਧ ਰਹੀ ਮਹਿੰਗਾਈ ਅਤੇ ਕਿਰਾਇਆਂ ਨੇ ਡਾਕ ਵਰਕਰਾਂ ਲਈ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ ਟ੍ਰਾਂਟੋ ਸੀਯੂਪੀਡਬਲਯੂ ਦੇ ਸਥਾਨਕ ਪ੍ਰਧਾਨ ਮਾਰਕ ਲੂਬਸਿੰਕੀ ਨੇ ਕਿਹਾ ਕਿ ਜਿਵੇਂ ਮਹਿੰਗਾਈ ਵਧੀ ਹੈ ਡਾਕ ਵਰਕਰ ਵੀ ਪਿੱਛੇ ਰਹਿ ਗਏ ਲੂਬਸਿੰਕੀ ਨੇ ਇਹ ਵੀ ਕਿਹਾ ਕਿ ਕੈਨੇਡਾ ਪੋਸਟ ਸਰਕਾਰ ਦੇ ਹਸਤਕ੍ਰਿਪ ਤੇ ਨਿਰਭਰ ਕਰ ਰਹੀ ਹੈ ਅਸੀਂ ਜਿੰਨਾ ਚਿਰ ਲੋੜ ਹੋਵੇ ਬਾਹਰ ਰਹਿਣ ਲਈ ਤਿਆਰ ਹਾਂ ਪਰ ਇਹ ਲੱਗਦਾ ਹੈ ਕਿ ਕੈਨੇਡਾ ਪੋਸਟ ਅਤੇ ਹੋਰ ਨੌਕਰੀਦਾਤਾ ਸਰਕਾਰ ਤੋਂ ਸਾਡੇ ਲਈ ਬੈਕ ਟੂ ਬੈਕ ਕਾਨੂੰਨ ਦੀ ਉਮੀਦ ਕਰ ਰਹੇ ਨੇ ਕੈਨੇਡਾ ਪੋਸਟ ਦੇ ਮਾਮਲੇ ਵਿੱਚ ਸਰਕਾਰ ਪਹਿਲਾਂ ਵੀ ਹਸਤਕਿਰਪ ਕਰ ਚੁੱਕੀ ਹੈ 2011 ਅਤੇ 18 ਵਿੱਚ ਵਰਕਰਾਂ ਨੂੰ ਮੁੜ ਕੰਮ ਤੇ ਲਿਆਉਣ ਲਈ ਕਾਨੂੰਨ ਲਾਗੂ ਕਰ ਦਿੱਤਾ ਗਿਆ ਸੀ ਇਸ ਹੜਤਾਲ ਤੋਂ ਪਹਿਲਾਂ ਵਰਕਰਾਂ ਨੇ 72 ਘੰਟੇ ਪਹਿਲਾਂ ਨੋਟਿਸ ਦਿੱਤਾ ਸੀ ਅਤੇ ਕੈਨੇਡਾ ਪੋਸਟ ਨੇ ਇਸ ਦੇ ਜਵਾਬ ਵਿੱਚ ਲੋਕਆਊਟ ਨੋਟਿਸ ਜਾਰੀ ਕੀਤਾ ਹਾਲਾਂਕਿ ਇਸ ਨੂੰ ਤੁਰੰਤ ਲਾਗੂ ਨਹੀਂ ਕੀਤਾ ਗਿਆ ਹੜਤਾਲ ਦੇ ਦੌਰਾਨ ਕੈਨੇਡਾ ਚਾਈਲਡ ਬੈਨੀਫਿਟ 올ਡ ਏਜ ਸਿਕਿਉਰਿਟੀ ਅਤੇ ਕੈਨੇਡਾ ਪੈਨਸ਼ਨ ਪਲਾਨ ਪੇਮੈਂਟ ਵਰਗੀਆਂ ਮਹੱਤਵਪੂਰਨ ਸੇਵਾਵਾਂ ਚਲਦੀਆਂ ਰਹਿਣਗੀਆਂ ਤਾਂ ਜੋ ਜ਼ਰੂਰਤਮੰਦ ਲੋਕ ਪ੍ਰਭਾਵਿਤ ਨਾ ਹੋਣ ਕੈਨੇਡਾ ਪੋਸਟ ਨੇ ਚੇਤਾਵਨੀ ਦਿੱਤੀ ਹੈ ਕਿ ਹੜਤਾਲ ਦਾ ਅਸਰ ਕੰਪਨੀ ਦੇ ਕੰਮਕਾਜ ਮੁੜ ਤੋਂ ਸ਼ੁਰੂ ਹੋਣ ਬਾਅਦ ਵੀ ਕਈ ਹਫ਼ਤੇ ਤੱਕ ਰਹੇਗਾ ਕਿਸੇ ਵੀ ਅੰਸ਼ ਦੀ ਰਾਸ਼ਟਰੀ ਹੜਤਾਲ ਸੇਵਾਵਾਂ ਤੇ ਹਫਤੇ ਲਈ ਅਸਰ ਪਾ ਸਕਦੀ ਹੈ ਜਿਵੇਂ ਹੜਤਾਲ ਅੱਗੇ ਵੱਧਦੀ ਜਾ ਰਹੀ ਹੈ ਇਹ ਸਪਸ਼ਟ ਨਹੀਂ ਹੈ ਕਿ ਇਹ ਕਟਨਾ ਕਿੰਨਾ ਸਮਾ ਲੈਂਦੀ ਆ ਇਸ ਵਿਚਾਲੇ ਕੈਨੇਡੀਅਨ ਅਤੇ ਕਾਰੋਬਾਰ ਛੁੱਟੀਆਂ ਦੇ ਸੀਜ਼ਨ ਦੌਰਾਨ ਅਣਸੁਚੇ ਸੰਕਟ ਦਾ ਸਾਹਮਣਾ ਕਰ ਰਹੇ ਨੇ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਹਾਲ ਹੀ ਵਿੱਚ ਜ਼ਰੂਰੀ ਸਮਾਨ ਤੋਂ ਜੀਐਸਟੀ ਹਟਾਉਣ ਦਾ ਐਲਾਨ ਕੀਤਾ ਸੀ ਅਤੇ ਹੁਣ ਉਹ ਚਾਹੁੰਦੇ ਹਨ ਕਿ ਪ੍ਰੀਮੀਅਰਸ ਵੀ ਸੁਬਾਈ ਸੇਲ ਟੈਕਸ ਨੂੰ ਹਟਾ ਕੇ ਇਸ ਦੇ ਸੰਦਰਭ ਵਿੱਚ ਉਹਨਾਂ ਦਾ ਸਾਥ ਦੇਣ ਜਗਮੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਸ ਬਾਬਤ ਕੈਨੇਡੀਅਨ ਪ੍ਰੀਮੀਅਰਸ ਨੂੰ ਚਿੱਠੀ ਲਿਖੀ ਹੈ ਬੁੱਧਵਾਰ ਨੂੰ ਇੱਕ ਜਾਰੀ ਬਿਆਨ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਦੇਸ਼ ਦੇ ਕੰਮ ਕਰਨ ਵਾਲੇ ਆਮ ਲੋਕ ਜਦੋਂ ਫੋਨ ਦਾ ਬਿੱਲ ਭਰਦੇ ਨੇ ਕ੍ਰੋਸਰ ਸਟੋਰ ਜਾਂਦੇ ਨੇ ਅਤੇ ਡਿਨਰ ਖਰੀਦਦੇ ਨੇ ਤਾਂ ਉਹਨਾਂ ਕੋਲੋਂ ਮੋਟੀ ਰਕਮ ਵਸੂਲੀ ਜਾਂਦੀ ਹੈ ਜ਼ਰੂਰੀ ਵਸਤਾਂ ਨੂੰ ਟੈਕਸ ਮੁਕਤ ਕਰਨ ਦਾ ਮੇਰਾ ਵਾਅਦਾ ਨਾਲ ਹੀ ਸੂਬਾਈ ਸੇਲਸ ਟੈਕਸ ਵਿੱਚ ਛੋਟ ਲੋਕਾਂ ਨੂੰ ਕਾਫੀ ਰਾਹਤ ਦੇਵੇਗਾ ਪਿਛਲੇ ਹਫਤੇ ਜਗਮੀਤ ਸਿੰਘ ਨੇ ਵਾਅਦਾ ਕੀਤਾ ਸੀ ਕਿ ਜੇ ਐਨਡੀਪੀ ਦੀ ਸਰਕਾਰ ਬਣਦੀ ਹੈ ਤਾਂ ਗਰੋਸਰੀ ਸਟੋਰ ਦੇ ਭੋਜਨ ਡਾਇਪਰਾਂ ਬੱਚਿਆਂ ਦੇ ਕੱਪੜੇ ਅਤੇ ਘਰਾਂ ਦੀ ਹੀਟਿੰਗ ਫੋਨ ਦੇ ਬਿੱਲ ਅਤੇ ਇੰਟਰਨੈਟ ਉੱਪਰ ਜੀਐਸਟੀ ਨੂੰ ਹਟਾ ਦਿੱਤਾ ਜਾਵੇਗਾ ਜਗਮੀਰ ਸਿੰਘ ਨੇ ਕਿਹਾ ਸੀ ਕਿ ਐਨਡੀਪੀ ਦੀ ਸਰਕਾਰ ਵੱਡੀਆਂ ਕਾਰਪੋਰੇਸ਼ਨ ਜਿਹੜੀਆਂ ਮੁਨਾਫੇ ਵਧਾਉਣ ਲਈ ਕੀਮਤਾਂ ਵਧਾ ਦਿੰਦੀਆਂ ਨੇ ਉਸਤੇ ਵਾਧੂ ਲਾਭ ਟੈਕਸ ਲਾਗੂ ਕਰਕੇ ਇਹਨਾਂ ਟੈਕਸ ਕਟੌਤੀਆਂ ਦਾ ਭੁਗਤਾਨ ਕਰੇਗੀ ਸਤੰਬਰ ਵਿੱਚ ਜਗਮੀਰ ਸਿੰਘ ਨੇ ਐਲਾਨ ਕੀਤਾ ਸੀ ਕਿ ਐਨਡੀਪੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨਾਲ ਸਮਰਥਨ ਸਮਝੌਤਾ ਸਮਾਪਤ ਕਰ ਰਹੀ ਹੈ ਮਾਰਚ 2022 ਵਿੱਚ ਦਸਤਕਤ ਕੀਤੇ ਗਏ ਕਿ ਇਸ ਸਮਝੌਤੇ ਤਹਿਤ ਐਨਡੀਪੀ ਨੇ ਆਪਣੀਆਂ ਕੁਝ ਤਰਜੀਹਾਂ ਦੇ ਬਦਲੇ ਸਰਕਾਰ ਨੂੰ ਭਰੋਸੇ ਦੇ ਵੋਟ ਸਮਰਥਨ ਕਰਨ ਦੀ ਸਹਿਮਤੀ ਦਿੱਤੀ ਹੋਈ ਸੀ ਹਾਲਾਂਕਿ ਉਸ ਸਮਝੌਤੇ ਦੇ ਖਤਮ ਹੋਣ ਦਾ ਮਤਲਬ ਹੈ ਕਿ ਛੇਤੀ ਫੈਡਰਲ ਚੋਣਾਂ ਦੀ ਸੰਭਾਵਨਾ ਵੱਧ ਗਈ ਹੈ ਪਰ ਜਗਮੀਤ ਸਿੰਘ ਹੁਣ ਤੱਕ ਕਨਜ਼ਰਵੇਟਿਵਜ਼ ਅਤੇ ਬਲੌਕ ਕਯੂ ਬੈਕਵਾ ਦੁਆਰਾ ਲਿਬਰਲਾਂ ਨੂੰ ਅਵਿਸ਼ਵਾਸ ਵੋਟਾਂ ਰਾਹੀਂ ਸਰਕਾਰ ਤੋਂ ਹਟਾਉਣ ਦੀ ਕੋਸ਼ਿਸ਼ਾਂ ਦਾ ਸਮਰਥਨ ਕਰਨ ਤੋਂ ਝਿਜਕਤੇ ਰਹੇ ਜਗਮੀਤ ਸਿੰਘ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਜਾਂ ਬਲਾਕ ਦੀਆਂ ਮੰਗਾਂ ਨੂੰ ਨਹੀਂ ਸੁਣਨਗੇ ਸਗੋਂ ਉਹ ਹਰ ਬਿੱਲ ਹਰੇਕ ਮਤੇ ਨੂੰ ਪਰਖਣਗੇ ਅਤੇ ਜਿਹੜਾ ਵੀ ਇਸ ਔਖੇ ਸਮੇ ਲੋਕਾਂ ਦੀ ਮਦਦ ਕਰੇਗਾ ਉਸ ਬਾਰੇ ਵਿਚਾਰ ਕਰਨਗੇ